ਸਤਿ ਸ਼੍ਰੀ ਅਕਾਲ ਜੀ, ਸੰਧੂ ਡੇਅਰੀ ਫਾਰਮ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਨਾ ਪਿੰਡ ਬੋਪਰ ਜ਼ਿਲ੍ਹਾ ਇਹਨੂੰ ਸੰਗਰੂਰ ਪੈਂਦਾ ਲਾਸਟ ਪਿੰਡ ਆ। ਓਏ ਸੱਜਣੋ, ਇਹ 5-7 ਪਿੰਡ ਪੈਂਦੇ ਨੇ ਆਲੇ ਦੁਆਲੇ, ਤੇ ਇਹ ਵੀਡੀਓ ਬਣਾਉਣ ਲੱਗਿਆ। ਇਹ ਵੀਡੀਓ ਬਹੁਤ ਹੀ ਸਪੈਸ਼ਲ ਰਹਿਣ ਵਾਲੀ ਹੈ ਸੱਜਣੋ, ਲਾਸਟ ਤੱਕ ਜ਼ਰੂਰ ਦੇਖਿਓ। ਆਪਾਂ ਜਿਹੜੀ ਤੁਹਾਨੂੰ ਝੋਟੀ ਅੱਜ ਕਵਰ ਕਰਕੇ ਦਿਖਾਉਣ ਲੱਗਿਆ ਨਾ, ਉਹ ਨਗੀਨਾ ਕਹਿ ਲਓ ਚਾਹੇ ਰਿਕਾਰਡ, ਆਪਾਂ ਉਹਦੇ ਸਾਰੇ ਤੁਹਾਨੂੰ ਫਰੋਲ ਕੇ ਉਹਦੇ ਐਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਡਿਟੇਲ ਦੇ ਦਾਂਗੇ। ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਵੀ ਵੀਡੀਓ ਕਿਵੇਂ ਲੱਗੀ, ਤੇ ਇਹ ਵੀਡੀਓ ਨੂੰ ਐਂਡ ਤੱਕ ਤਾਂ ਵੀ ਦੇਖੋ ਕਿ ਖਰੀਦਣੀ ਕੋਈ ਗੱਲ ਨਹੀਂ, ਜਿਹੜੇ ਨੇ ਲੈਣੀ ਆ ਉਹ ਲੈ ਲੂਗਾ। ਬਾਕੀ ਇਹੋ ਜਿਹੇ ਪਸ਼ੂ ਨਾ ਅੱਜ ਜਿਹੜੇ ਆਪਾਂ ਦਿਖਾਵਾਂਗੇ, ਇਹ ਦੇਖਣ ਨਾਲ ਤੁਹਾਡੇ ਅੰਦਰ ਸ਼ੌਂਕ ਇੱਦਾਂ ਦੇ ਪੈਦਾ ਹੋਣਗੇ ਵੀ ਆਪਣੇ ਘਰੇ ਵੀ ਨਾ ਜੇ ਇੱਦਾਂ ਦੇ ਜਾਨਵਰ ਆਪਾਂ ਪੈਦਾ ਕਰ ਸਕਦੇ ਹਾਂ। ਇੱਦਾਂ ਦੀ ਝੋਟੀ ਆਪਾਂ ਅੱਜ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਸੱਜਣੋ। ਬਾਕੀ ਜਿਹੜੇ ਸੱਜਣ ਦੇ ਹੈਗੀ ਆ ਉਹਦੇ ਨਾਲ ਵੀ ਮਰਾਵਾਂਗੇ ਤੇ ਕਰਵਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ, ਕਿਵੇਂ ਇਹ ਤਿਆਰ ਕਰਿਆ, ਕਿਵੇਂ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਇੰਨਾ ਚੰਗਾ ਜਾਨਵਰ ਪੈਦਾ ਕਰਨ 'ਚ ਕਿੰਨੀ ਕੁ ਮਿਹਨਤ ਰਹੀ, ਕੀ ਇਹਦੀ ਖੁਰਾਕ ਰਹੀ, ਸਾਰੀ ਆਪਾਂ ਡਿਟੇਲ ਬਾਈ ਤੋਂ ਲੈ ਲਾਂਗੇ। ਲੈ ਲਾਸਟ ਤੱਕ ਜ਼ਰੂਰ ਜੁੜੇ ਰਹੋ। ਇਹ ਪਿੰਡ ਨਾ ਸੱਜਣੋ ਜਿਹੜੇ ਅਕਸਰ ਜਿਹੜੇ ਕਬੱਡੀ ਦੇ ਸ਼ੌਕੀਨ ਨੇ ਸੱਜਣ, ਜਿਹੜੇ ਕਬੱਡੀ ਦੇਖਦੇ ਨੇ ਜ਼ਿਆਦਾਤਰ, ਬੋਪਰ ਵਾਲੇ ਹੁਸ਼ਿਆਰੇ ਦਾ ਪਿੰਡ ਲਾ ਲਓ, ਪ੍ਰਵੀਨ ਦਾ ਪਿੰਡ ਲਾ ਲਓ, ਦੇਖੋ ਕਿੱਡੇ ਮੱਲ ਪੈਦਾ ਕਰੇ ਨੇ ਇਹ ਪਿੰਡ ਨੇ। ਅਤੇ ਬਾਕੀ ਜਿਹੜੀਆਂ ਝੋਟੀਆਂ 'ਚ ਵੀ ਇਹ ਪਿੰਡ ਦਾ ਰਿਕਾਰਡ ਬੋਲਦਾ, ਕਿਉਂਕਿ ਹਰਿਆਣੇ ਦੇ ਨਾਲ ਤਾਂ ਇਹ ਹੈਗੀ ਨੇ। ਬਾਕੀ ਵਿਰਸਾ ਇਹਨਾਂ ਦਾ ਜੇ ਮੈਂ ਕਹਾਂ, ਪੰਜਾਬ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ, ਬਸ ਇਹਨਾਂ ਨੂੰ ਮੈਨੂੰ ਐਂ ਲੱਗਦਾ ਵੀ ਕੰਮ ਧੰਦੇ ਜ਼ਰੂਰ ਇਹਨਾਂ ਨੂੰ ਕਰਵਾਉਣ ਵਾਸਤੇ ਸੰਗਰੂਰ ਜਾਂ ਪੰਜਾਬ ਇੱਧਰ ਜਾਣਾ ਪੈਂਦਾ ਹੋਊ। ਬਾਕੀ ਜ਼ਿਆਦਾਤਰ ਰਿਸ਼ਤੇਦਾਰੀਆਂ ਲਾ ਲਓ, ਇਹਨਾਂ ਦਾ ਕਲਚਰ ਲਾ ਲਓ, ਖਾਣ ਪੀਣ ਸਾਰਾ ਪਹਿਰਾਵਾ ਲਾ ਲਓ, ਉਹ ਹਰਿਆਣੇ ਦਾ ਹੋਊਗਾ। ਬਕਾਇਦਾ ਮੈਂ ਤੁਹਾਨੂੰ ਹੋਰ ਕਹਾਂ ਵੀ ਇਹਨਾਂ ਦੇ ਘਰ ਵੀ ਨਾ, ਜੇ ਤੁਸੀਂ ਜ਼ਿਆਦਾਤਰ ਜਿਹੜੇ ਸੱਜਣਾਂ ਦੀ ਹਰਿਆਣੇ 'ਚ ਰਿਸ਼ਤੇਦਾਰੀਆਂ ਨੇ ਜਾਂ ਜਿਹੜੇ ਹਰਿਆਣੇ ਜਾਂਦੇ ਰਹਿੰਦੇ ਨੇ, ਉਹ ਤੁਸੀਂ ਦੇਖੇ ਹੋਣੇ ਵੀ ਇਹਨਾਂ ਦਾ ਥੱਲੇ ਖੁੱਲ੍ਹਾ ਹੁੰਦਾ ਅਤੇ ਰਿਹਾਇਸ਼ ਇਹਨਾਂ ਦੀ ਉੱਪਰ ਹੁੰਦੀ ਆ, ਉਹ ਵੀ ਇੱਕ ਬਹੁਤ ਚੰਗਾ ਢੰਗ ਆ ਜੇ ਕੋਈ ਸੱਜਣ ਪਸ਼ੂ ਵੀ ਰੱਖਦਾ। ਦੇਖੋ ਗਰਮੀਆਂ 'ਚ ਉਹ ਠੰਡਾ ਅਤੇ ਆਪਣਾ ਸਿਆਲਾਂ 'ਚ ਗਰਮ, ਕੋਈ ਇਹਨੂੰ ਪਸ਼ੂ ਨੂੰ ਕੋਈ ਤਕਲੀਫ ਨਹੀਂ ਹੁੰਦੀ, ਬਾਹਲਾ ਚੰਗਾ ਪ੍ਰਬੰਧ ਹੁੰਦਾ। ਲਾ ਜਾ ਬਾਈ ਨਾਲ ਮਿਲਾਉਂਦੇ ਹਾਂ। ਹੋਰ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੈ ਬਾਈ? ਰਾਮ ਰਾਮ ਬਾਈ ਜੀ, ਹੋਰ ਠੀਕ ਹੋ ਬਾਈ? ਹਾਂ, ਲੈ ਰਾਮ ਰਾਮ ਤੋਂ ਲਾ ਲਓ ਹੁਣ ਅੰਦਾਜ਼ਾ ਵੀ ਆਪਾਂ ਕਿੱਥੇ ਆਏ ਹੋਏ ਆ, ਹਜੇ ਸਮਝ ਲਓ ਵੀ ਹਰਿਆਣੇ 'ਚ ਵੜ ਗਏ ਇੱਕ ਤਰ੍ਹਾਂ ਦਾ। ਉਹ ਬਾਈ ਨਾਂ ਦੱਸ ਦੇ ਆਪਣਾ, ਨੇੜੇ ਹੋ ਜਾ ਥੋੜ੍ਹਾ ਜਿਹਾ। ਮੇਰਾ ਨਾਮ ਬਾਈ ਸੰਦੀਪ ਕੁਮਾਰ ਹੈ। ਸੰਦੀਪ ਕੁਮਾਰ, ਪਿੰਡ ਬੋਪਰ ਆਪਣਾ, ਪਿੰਡ ਬੋਪਰ, ਜ਼ਿਲ੍ਹਾ ਸੰਗਰੂਰ ਹੈ, ਤਹਿਸੀਲ ਮੂਲਕ, ਤਹਿਸੀਲ ਮੂਲਕ, ਬਿਲਕੁਲ ਹਰਿਆਣਾ ਦੇ ਲੱਗੇ ਪਿੰਡ। ਚੇਂਜ ਕਰਾ ਲਓ ਤੁਸੀਂ, ਕੋਈ ਗੱਲ ਨਹੀਂ, ਹਰਿਆਣੇ ਨਾਲ ਵੀ ਜੇ ਉਦਾਂ ਹੈਗੇ ਤਾਂ ਹਰਿਆਣੇ ਦੇ ਰਿਸ਼ਤੇਦਾਰੀ ਵੀ ਸਾਰੀ ਆਪਣੀ ਹਰਿਆਣੇ 'ਚ ਹੁੰਦੀ ਆ। ਬਾਕੀ ਇੱਥੋਂ 6-7 ਕਿਲੋਮੀਟਰ ਪੈਂਦਾ ਹਰਿਆਣਾ। ਹਾਂ, ਬਸ ਲਾਗੇ ਪਿੰਡ ਲੱਗ ਗਏ, ਲਾਸਟ ਪਿੰਡ 7-8 ਪਿੰਡ ਲਾ ਲਓ, ਭੂਲਣ ਲਾ ਲਓ, ਦੋ ਪਿੰਡ ਟੱਪ ਕੇ ਹਰਿਆਣਾ ਨਾ, ਉਹ ਜਿਹੜੇ ਲਾਗੇ ਪਿੰਡ ਆ ਗਏ ਹਨਾ ਜੀ, ਜਿਹੜੇ ਜ਼ਿਆਦਾਤਰ ਜਿੱਥੋਂ ਦਾ ਕਲਚਰ ਹਰਿਆਣੇ ਦਾ, ਉਹ 5-7 ਪਿੰਡ ਨੇ ਜੀ। ਹਾਂ ਹਾਂ, 5-7 ਪਿੰਡ ਹੈਗੇ ਨੇ ਉਹ। ਤੇ ਇਹ ਝੋਟੀ ਆਪਾਂ ਦੇਖਾ, ਬਾਕੀ ਆਪਾਂ ਜਿਹੜਾ ਕਿੰਨੇ ਚਿਰ ਤੋਂ ਕਰ ਰਹੇ ਇਹ ਪਸ਼ੂਆਂ ਦਾ ਕੰਮ? ਪਸ਼ੂਆਂ ਦਾ ਕੰਮ ਤਾਂ ਜੀ ਬਾਰੇ ਦਿਨ ਤੋਂ ਕਰ ਰਹੇ, ਫਿਰ ਆਪਣੀ ਘਰ ਦੀ ਝੋਟੀ ਹੈ। ਅੱਛਾ। ਹਾਂ, ਗਰਕੀ ਪਾਲੀ ਹੋਈ ਹੈ, ਇਹਦੀ ਮਾਂ ਵੀ ਆਪਣੀ ਘਰ ਦੀ ਸੀ। ਦੇਣ ਲੈਣ ਆਪਾਂ ਕਰ ਲੈਂਦੇ ਹਾਂ। ਹਾਂ, ਕਰ ਲੈਂਦੇ ਇੱਕ ਆਦਿ, ਮਤਲਬ ਵਧੀਆ ਪਸ਼ੂ ਦਾ ਕਰਦੇ ਆ, ਪਰ ਇਹ ਤਾਂ ਆਪਣੀ ਘਰ ਦੀ ਝੋਟੀ। ਇਹ ਆਪਣੇ ਘਰ ਦੀ ਆ। ਮੇਨ ਗੱਲ ਇੱਕ ਹੋਰ ਦੱਸਦਾ ਸੱਜਣੋ, ਆਪਣੇ ਪੰਜਾਬ ਵਾਲੇ ਨਾ ਕੀ ਕਰਦੇ ਨੇ, ਪੰਜਾਬ ਵਾਲਿਆਂ ਦਾ ਜੇ ਕਹਾਂ ਕਿੱਤਾ ਇਹਨੂੰ ਐਨ ਆਹ ਪ੍ਰੋਫੈਸ਼ਨਲ ਮੰਨ ਕੇ ਨਹੀਂ ਚੱਲਦੇ। ਤੁਸੀਂ ਦੇਖੋਗੇ ਹਰਿਆਣੇ 'ਚ ਘੁੰਮੋਗੇ ਜਾਂ ਉਹ ਕਰੋਗੇ, ਇਹ ਇੱਕ ਤਰ੍ਹਾਂ ਦੀ ਇਹਨੂੰ ਜੌਬ ਮੰਨ ਕੇ ਪਸ਼ੂਆਂ ਨੂੰ ਪਾਲਦੇ ਨੇ। ਪਸ਼ੂਆਂ ਨਾਲ ਜੀ ਵੀਰ ਜੀ, ਪਸ਼ੂਆਂ ਨਾਲ ਬਹੁਤ ਕੁਛ ਹੁੰਦਾ, ਪਸ਼ੂਆਂ ਨਾਲ ਤਾਂ ਬਾਲਾ ਕੁਛ, ਖੇਤੀ ਨੂੰ ਵੀ ਅੱਗੇ ਜਾਂਦਾ, ਖੇਤੀ ਤੋਂ ਵੀ ਅੱਗੇ ਜਾਂਦਾ। ਇਸ ਤਰ੍ਹਾਂ ਦੇ ਪਸ਼ੂ ਤੈਨੂੰ ਪਾਲਾਂਗੇ ਤਾਂ ਆਪੇ ਅੱਗੇ ਵੀ ਵਧ ਕੇ ਚੱਲਾਂਗੇ। ਇਸ ਤਰ੍ਹਾਂ ਮੇਰੇ ਵਰਗੇ ਮੁੰਡੇ ਆ, ਵਿਹਲੇ ਫਿਰਦੇ ਆ, ਆਪਣਾ ਪਸ਼ੂ ਤੁਹਾਨੂੰ ਪਾਲੋ, ਕੋਈ ਆਪਣਾ ਵਧੀਆ ਕੰਮ ਧੰਦਾ ਕਰੋ, ਨਸ਼ੇ ਬੱਚਿਆਂ ਤੋਂ ਬਚੋ। ਹਾਂ, ਬਣਾਓ, ਨਸ਼ੇ ਬੱਚਿਆਂ ਤੋਂ ਬਚੋ ਬਾਈ, ਇਹ ਗੱਲ ਵੀ ਦੇਖੋ ਵਧੀਆ। ਬਾਕੀ ਯਾਰ ਇਹ ਖੇਤ ਗੇੜਾ ਮਿਲਾ, 2-4 ਦਿਨ ਨਾ ਮਾਰਨਾ, ਪਸ਼ੂਆਂ ਦਾ ਪੂਰਾ ਖਿਆਲ ਰੱਖਦੇ, ਬੱਚਿਆਂ ਵਾਂਗੂ ਪਲਦੇ ਆ, ਜਦੋਂ ਪਲਦੀਆਂ ਨੇ ਇਸ ਤਰ੍ਹਾਂ ਕਿਤੇ ਮਿਲਦੇ ਆ, ਫੇਰ ਇਹ ਤਿਆਰ ਹੁੰਦੀਆਂ ਨੇ। ਦੇਖੋ ਬਾਈ ਤੁਸੀਂ ਆਪ ਅੰਦਾਜ਼ਾ ਲਾ ਲਓ ਨਾ, ਹੁਣ ਇਹਦੀ ਆਪਾਂ ਡਿਟੇਲ ਲੈਂਦੇ ਆ। ਲੈ ਇਹਨੂੰ ਦਿਖਾ ਦੇ ਬਈ, ਅੱਗੇ ਪਿੱਛੇ ਤਿਓ, ਇਹਨੂੰ ਦਿਖਾ ਦੇ ਮਾੜਾ ਸ਼ੌਂਕ ਜੇ ਨਾਲ, ਕੀ ਚੀਜ਼ ਆ। ਬਾਕੀ ਇਹਦਾ ਪੁੱਛ ਲੈਂਦੇ ਆਪਾਂ ਤੋਂ ਬਈ, ਇਹਦਾ ਸੰਦੀਪ ਕਿਹੜਾ ਸੂ ਆ?
ਵੀਰ ਜੀ ਇਸਕਾ ਦੂਜਾ ਸੂ ਹੈ ਆਪਣੇ ਘਰ ਦੀ ਝੋਟੀ ਹੈ ਤੇ ਮੂੰਹ ਤੋਂ 6 ਦੰਦ ਹੁਣੇ ਹੋਈ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ 6 ਕਹਿੰਦਾ ਤੇ ਪਹਿਲਣ ਦਾ ਦੁੱਧ ਸੰਦੀਪ ਕਿੰਨਾ ਰਿਹਾ ਵੀਰ ਜੀ ਮੇਰੇ ਇਸ ਚ ਬੰਦਾ ਕਿਵੇਂ ਫੜ ਮਾਰ ਜੋ ਸਾਡੀ ਕੋਈ ਮਤਲਬ ਐ ਨਹੀਂ ਬੋ ਫੜ ਮਾਰ ਕੇ ਆਪਣਾ ਡੰਗਰ ਵੇਚਣਾ ਵੀਕੇ ਸੇਲ ਹੋਵੇ ਚਾ ਨਾ ਹੋਵੇ ਪਹਿਲਣ ਨੇ ਇਹਨੂੰ 17 ਕਿਲੋ 800 ਗ੍ਰਾਮ ਦੁੱਧ ਦਿੱਤਾ 17 ਕਿਲੋ 800 ਗ੍ਰਾਮ ਜੋਖਿਆ ਕਾਂਡੇ ਕਾਂਡੇ ਦਾ ਤੋਲ ਹੈ ਹਾਂ ਲੀਟਰ ਹੈਗਾ ਕਿਲੋ ਕਿਲੋ ਬਾਕੀ ਹਰਿਆਣੀ ਦਾ ਤੁਸੀਂ ਵੀਡੀਓ ਦੇਖਦੇ ਨਾ ਉਹ ਕਹਿੰਦੇ ਨੇ ਕੰਡੇ ਦਾ ਤੋਲ ਇਹ ਕਹਿਣਗੇ ਉਹਨਾਂ ਕਹਿੰਦਾ ਜਿੰਨਾ ਆਪਾਂ ਦੇ ਦਾਂਗੇ ਬਾਕੀ ਇੱਕ ਗੱਲ ਬਾਈ ਦੀ ਮੈਨੂੰ ਹੋਰ ਵੀ ਵਧੀਆ ਲੱਗੀ ਕਹਿੰਦਾ ਜੇ ਕੋਈ ਗੱਲ ਨਹੀਂ ਸੌਦਾ ਹੁੰਦਾ ਕੋਈ ਗੱਲ ਨਹੀਂ ਪੱਕ ਠੱਕ ਕਰ ਲੈ खुराक है खुराक है पता ही मेन गल की हुंदी है जिस तरह झोटी ने 7वें महीने लग जो 7 महीने की गाबण होगी उस टाइम लग भी 10-11 किलो दुध ले 9-10 किलो साल दी होई है हले साल तो 5-6 दिन उत्ते होया पिछले ब्याह दा साल च दुबारे सूपड़ी कट्टी दिखा दे मड़े मार दे कैमरा ओदा भी आपां लवांगे देखे आहा कट्टी इहदी पिछले सूए दी है सज्जनो देखो काफ किन्ना चंगा ओए किन्ना चंगा बाई ने तैयार भी करिया ते बाकी बाई कहना इनू ढिल्ली मठी हो गई थोड़ी हां थोड़ी जी बुखार बुखूर जी पहला भी तक पहला थोड़ी ढिल्ली हो गई हां बीमारी और भी बढ़िया जी पहला हां बाकी तुसी आप देखो खोल लीजिए दिखा दे ऐ दाना पाउंदे फिर इह तुसी सन्नी ते देख लो अपने आले तां फिर मैनू पता ला के सारियां नू इक कौला पंज पशुआं नू ना इक कौले नाले दाना पा के कहंदे ने बाई फिर देखो तैयार हो गया बाकी इहदी मैं होर पुछदा तैनू ढाई तीन किलो बच गया ਓਹ 2.5-3 ਕਿਲੋ ਜਾਪੇ ਚਾਰ ਦਾ ਆਪਾਂ ਸੋਗ ਨਾਲ ਪਾਲੇ ਆਪਾਂ ਨੂੰ ਕੋਈ ਉਹ ਮਤਲਬ ਉਹ ਦਿੱਕਤ ਨਹੀਂ ਆਗੀ ਵੀ ਆਪਾਂ ਨੂੰ ਵੇਚਣੀ ਜ਼ਰੂਰੀ ਹੈ ਹਾਂ ਤੁਸੀਂ ਆਪ ਹੁਣ ਐ ਅੰਦਾਜ਼ੇ ਲਾ ਲਓ ਸੱਜਣੋ ਵੀ ਜੇ 15 ਕਿਲੋ ਘਿਓ ਤਾਂ ਦੇਖੋ ਜੇ 2.5-3 ਕਿਲੋ ਘਿਓ ਦੀ ਪੰਜੀਰੀ ਖਾ ਲੈ ਨਾ ਬੰਦਾ ਸਿਆਲ ਚ ਤਾਂ ਮੈਨੂੰ ਲੱਗਦਾ ਉਹੀ ਖੰਭ ਮਾਰਦਾ ਫਿਰੀ ਜਾਂਦਾ ਹੈਨਾ ਇਹਨੇ ਝੋਟੀ ਨੇ 12 ਕਿਲੋ ਦੇਸੀ ਘਿਓ ਖਾ ਗਈ ਇਹ ਫਿਰ ਤੁਸੀਂ ਕੜਾ ਸਾਡੇ ਪਿੰਡ ਚ ਹਲਵਾ ਕਹਿੰਦੇ ਨੇ ਸਾਡੇ ਪਿੰਡ ਚ ਕੜਾ ਕੜਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਦੇਖੀ ਇੱਧਰ ਮਾਰੀ ਨੀਗਾ ਹੁਣ ਉਹ ਸਾਰਾ ਘਿਓ ਦੇਖਿਓ ਬਈ ਇਹਦੇ ਲੇਵੇ ਚ ਚਮਕੂਆ ਤੁਹਾਨੂੰ ਤੇ ਸਰੀਰ ਚ ਚਮਕੂਆ ਤੇ ਇਹਦੇ ਲੇਵੇ ਦੀ ਹੁਣ ਲਾਲੀ ਨਾ ਸੱਜਣੋ ਉਹ ਦੱਸ ਰਹੀ ਆ ਵੀ ਇਹਨੇ ਕੁਛ ਖਾਧਾ ਹੋਇਆ ਤੇ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਦੁੱਧ ਵਾਲੇ ਜਾਨਵਰ ਦਾ ਲੇਵਾ ਜੇ ਤੁਸੀਂ ਮੰਡੀ ਖਰੀਦਦੇ ਹੋ ਕਿਤੋਂ ਵੀ ਖਰੀਦਦੇ ਹੋ ਉਹ ਅਕਸਰ ਤਾਂ ਲਾਲ ਹੁੰਦਾ ਬਗੇ ਜਾਊਗਾ ਬਈ ਜੇ ਉਹਦੇ ਥੱਲੇ ਕਰੰਟ ਹੋਊਗਾ ਜਾਂ ਉਹਦੇ ਥੱਲੇ ਦੁੱਧ ਉਹਦੀ ਦੇਣ ਦੀ ਸ਼ਮਤਾ ਹੋਊਗੀ ਤੁਸੀਂ ਇਹਦੇ ਲੇਵੇ ਦੀ ਦੇਖੋ ਲਾਲੀ ਹੁਣੇ ਦੇਖ ਲਓ ਕਿੰਨੇ ਦਿਨ ਰਹਿੰਦੇ ਸਨੀਪੇ ਤੇ ਸੁਣਦੇ ਪਤਾ ਕੀ ਰਵੀਰ ਜੀ ਇਹਦੇ 19 ਤਾਰੀਖ ਨੂੰ ਪੂਰੇ 10 ਮਹੀਨੇ ਹੋ ਜਾਣਗੇ ਅੱਜ 13 6-7 ਦਿਨ ਪਏ ਨੇ 19 ਤਾਰੀਖ ਨੂੰ ਦਿਨ ਪੂਰੇ ਹੋ ਜਾਣਗੇ ਬਾਕੀ 5-7 ਦਿਨ ਉੱਤੇ ਲੈ ਜੂ ਆ 2-4 ਦਿਨ ਕੱਢੂਗੀ ਉੱਤੇ ਜੀ ਸੀ ਮੌਸਮ ਬੜੀਆ ਨਹੀਂ ਹਾਂ ਮੌਸਮ ਨਾ ਅੱਗੇ ਸਿਆਲ ਹੁਣ ਸਰਦੀਆਂ ਹੁੰਦੀਆਂ ਨੇ 5-7 ਦਿਨਾਂ ਚੰਗੇ ਮੌਸਮ ਚ ਲੈ ਜਾਂਦਾ ਇੱਕ ਮੇਰਾ ਕੀ ਗੱਲ ਹੈ ਵੀਰ ਜੀ ਇਹਦੀ ਖਾਸਿਤ ਕੀ ਹੈ ਇਹ ਝੋਟੀ M29 ਦੀ ਹੈ ਉਹ ਮਤਲਬ M29 ਦੀ ਕੱਟੀ ਹੈ M29 ਦੀ ਉਹ ਕੱਟੀ ਹੈ ਜਿਹੜੀ ਵੀ ਪਿੱਛੇ ਅੱਛਾ ਹੁਣ M51 ਦਾ ਟਿੱਕਾ ਰੱਖਿਆ ਹੋਇਆ ਹੈ M51 ਦਾ ਟਿੱਕਾ M51 ਦਾ ਟਿੱਕਾ ਹਾਂ M29 ਦੀ ਇਹ ਹਿਸ਼ਾਰ ਯੂਨੀਵਰਸਿਟੀ ਤੋਂ ਬਹੁਤ ਵੱਡੀਆਂ ਬ੍ਰੀਡ ਆ ਬੁੱਲਾਂ ਦੀ ਉਹਨਾਂ ਦੀ ਬਹੁਤ ਵੱਡੀਆਂ ਅੱਛਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਰਿਹਾ ਮਾਂ ਦਾ ਦੁੱਧ ਜੀ ਇਹਦੇ ਪਹਿਲਣ ਦਾ ਦੀ ਇਹਦੀ ਮਾਂ ਦਾ ਦੁੱਧ 18 ਕਿਲੋ 200-300 ਗ੍ਰਾਮ ਠੀਕ ਹੈ ਤੇ ਇਹਦਾ ਮਤਲਬ जानवर बेचण दा
ਕਿਉਂਕਿ ਬਾਕੀ ਹੈ ਨਾ ਬਾਈਆਂ ਦਾ ਕੰਮ ਪਤਾ ਨਹੀਂ ਨਾ ਵੀਰ ਜੀ ਮੈਂ ਚਲੋ ਇਹ ਝੋਟੀ ਕਟੜੀ ਰਹਿ ਗਈ ਤੇ ਅੱਗੇ ਫੇਰ ਕਟੜੀ ਹੋ ਗਈ ਮੈਂ ਚਲੋ ਅੱਛਾ ਹੋਈ ਜਾਂਦਾ ਜੇ ਕੋਈ ਸੱਜਣ ਖੇੜੇ ਪੈਂਦਾ ਵੀ ਬਈ ਅਸੀਂ ਕੱਟੀ ਵੀ ਲਵਾਂਗੇ ਨਾਲ ਨਾ ਵੀਰ ਜੀ ਕੱਟੀ ਤਾਂ ਅਸੀਂ ਸੇਲ ਨਹੀਂ ਕਰਦੇ ਜੇ ਚੰਗੇ ਪੈਸੇ ਲੱਗੇ ਤਾਂ ਝੋਟੀ ਸੇਲ ਕਰ ਸਕਦੇ ਝੋਟੀ ਕਰ ਜੇ ਵੱਡੀਆ ਕੋਈ ਵੱਡੀਆ ਬਰੀਡਰ ਆ ਗਿਆ ਵੱਡੀਆ ਲੈਣ ਵਾਲਾ ਮਤਲਬ ਹਾਂ ਲਿਓ ਨਾ ਸੱਜਣ ਉਹ ਬੰਦਾ ਜਿਹੜਾ ਦੇਖੋ ਪੈਸੇ ਮੈਨੂੰ ਪਤਾ ਹੈ ਪੈਸੇ ਕਈ ਸੱਜਣਾ ਕਿਉਂ ਹੁੰਦੇ ਨੇ ਪੈਸੇ ਕੋਈ ਚੱਕਰ ਨਹੀਂ ਢੀਂਗ ਤੋਂ ਢੀਂਗ ਪਈਆ ਦੁਨੀਆ ਪਰ ਪੈਸੇ ਲਾ ਦੋਗੇ ਸੰਭਾਲ ਕਰਨੀ ਇਹਦੀ ਉਦੋਂ ਵੀ ਜ਼ਿਆਦਾ ਔਖੀ ਆ ਇਹ ਕਹਿੰਦਾ ਪਤਾ ਕੀ ਗੱਲ ਹੈ ਜੀ ਇਹਦੀ ਬਹੁਤ ਖਾਸੀਅਤ ਹੈ ਝੋਟੀ ਦੀ ਮਤਲਬ ਜੇ ਆਪਾਂ ਇਹਨੂੰ ਸੁੱਕੀ ਤੂੜੀ ਵੀ ਖਾਣ ਪਾਵਾਂਗੇ ਨੀ ਆਪਣੇ ਮਤਲਬ ਖੁਰਲੀ ਚ ਲੈ ਲੇ ਗਮੈਨ ਚ ਪਾ ਲੇ ਕੋਈ ਸਿਰ ਨੀ ਮਾਰੂਗੀ ਆਰਾਮ ਨਾਲ ਖਾਣੀ ਖਾਓਗੇ ਨੀ ਬਿਲਕੁਲ ਖੜੀ ਰਹੂਗੀ ਇਹ ਵੀ ਖਾਸੀਅਤ ਹੈ ਇਹਦੀ ਟੱਚ ਵੀ ਨੀ ਕਰਦੇ ਟੱਚ ਵੀ ਨੀ ਕਰਦੇ ਕੋਈ ਕਿਸ ਤਰ੍ਹਾਂ ਬੰਦਾ ਦੇਖੋ ਸ਼ਾਂਤ ਸੁਭਾਅ ਉਹ ਸਾਡੇ ਤਾਂ ਪੰਜਾਬੀਆਂ ਚ ਮੱਝਾਂ ਚ ਵੀ ਉਹੀ ਖੂਨ ਸਾਡੇ ਵਾਲੀ ਚੱਲੀ ਜਾਂਦਾ ਜਿਵੇਂ ਪੰਜਾਬੀ ਨੀ ਥੋੜਾ ਗਰਮ ਸੁਭਾਅ ਰੱਖਦੇ ਉਸੇ ਤਰ੍ਹਾਂ ਦੇ ਸਾਡੇ ਜਾਨਵਰ ਦੇ ਮੈਂ ਦੇਖਿਆ ਬਈ ਆਪਣੇ ਅਸੀਂ ਅੰਮ੍ਰਿਤਸਰ ਏਰੀਏ ਚ ਲਾ ਲਓ ਮੱਝਾਂ ਦੇ ਵੀ ਨੱਥਾਂ ਪਾ ਰੱਖੇ ਨੇ ਦੇਖੋ ਨੱਥਾਂ ਪਾਉਣ ਦੀ ਨੌਬਤ ਤਾਂ ਆਉਂਦੀ ਹੈ ਜੇ ਪਸ਼ੂ ਦੇ ਸੁਭਾਅ ਚ ਥੋੜੀ ਅੱਛੀ ਵੀ ਹੁੰਦੀ ਹੈ ਨਾ ਬਈ ਇੱਕ ਗੱਲ ਇਹਦੀ ਹਾਈਟ ਵੀ 5 ਫੁੱਟ 2 ਇੰਚ ਦੀ ਹਾਈਟ ਹੈ ਜੀ ਕੋਈ ਬੰਦਾ ਆ ਕੇ ਪਿਸਤਾ ਮਾਰ ਲੇ ਝੋਟੀ 5 ਫੁੱਟ 2 ਇੰਚ ਦੀ ਹਾਈਟ ਹੈ ਜੀ ਅੱਛਾ ਹਾਂ ਸਾਰਾ ਰਿਕਾਰਡ ਫਿਰ ਸਾਰਾ ਰਿਕਾਰਡ ਪਤਾ ਹੀ ਗਿਲਾ ਪਰ ਸਾਰਾ ਕੋਈ ਝੂਠ ਨਹੀਂ ਮਾਰਦਾ ਆਪਾਂ ਨੂੰ ਐ ਨਹੀਂ ਹੈ ਕਿ ਆਪਾਂ ਨੂੰ ਸੇਲ ਹੀ ਜ਼ਰੂਰੀ ਕਰਨੀ ਹੈ ਆਪਾਂ ਨੂੰ ਇਹ ਜ਼ਰੂਰੀ ਹੈ ਵੀ ਆਪਾਂ ਨੂੰ ਵੱਡੀਆਂ ਜਾਨਵਰ ਦਿਖਾਣਾ ਹਾਂ ਦੂਜੇ ਬੰਦਿਆਂ ਦੇ ਮਨ 'ਚ ਵੀ ਆਉਂਦਾ ਵੀ ਆਪਾਂ ਨੂੰ ਜ਼ਰੂਰੀ ਹੈ ਵੀ ਇਸ ਤਰ੍ਹਾਂ ਜਾਨਵਰ ਆਪੇ ਵੀ ਘਰਾਂ ਪੈਦਾ ਹਾਂ ਬਾਈ ਨਾ ਕਹਿੰਦਾ ਵੀ ਵੀਡੀਓ ਪਹਿਲਾਂ ਵੀ ਗੱਲ ਹੋਈ ਆ ਬਾਈ ਨਾਲ ਕਹਿੰਦਾ ਵੀਡੀਓ ਕਰਾਉਣ ਦਾ ਮਤਲਬ ਜਾਂ ਸੇਲ ਤੇ ਇਹਨੇ ਹੋਏ ਜਾਣਾ ਆਪਾਂ ਸਵਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਨਾ ਸਵਾ ਕੇ ਦੇ ਦਾਂਗੇ ਕਹਿੰਦਾ ਆਪਾਂ ਇੱਕ ਦਿਖਾਉਣਾ ਸੀਗਾ ਵੀ ਜਾਨਵਰ ਐਦਾਂ ਪੈਦਾ ਕੀਤੇ ਜਾਂਦੇ ਨੇ ਐਵੇਂ ਤਿਆਰ ਕੀਤੇ ਜਾਂਦੇ ਨੇ ਐਵੇਂ ਇਹਨਾਂ ਦਾ ਅੱਗੇ ਅੱਗੇ ਚੱਲਦਾ ਰਹਿੰਦਾ ਕੰਮ ਹਨ ਫਿਰ ਬਈ ਕਿੰਨਾ ਚਿਰ ਪਹਿਲਾਂ ਛੱਡੀ ਇਹ ਵੀਰ ਜੀ ਜਦੋਂ ਇੱਧਰ ਆ ਗਏ ਢਾਈ ਮਹੀਨੇ ਸੁਣਦੇ 10-15 ਦਿਨ ਦੇ ਅੰਦਰ ਅੰਦਰ ਭਾਵਨਾ ਇਹਦੀ ਛਟਾ ਦਿਆ ਦੁੱਧ ਫੁੱਟਾ ਮੁੜ ਗਿਆ ਇਹਦਾ ਮੈਂ ਕਿ ਦੁੱਧ ਛਟਾ ਕੇ ਫਿਰ ਇਹਨੂੰ ਇਹਦੀ ਸੇਵਾ ਤੇ ਮੁੰਡੇ ਬਾਕੀ ਸੇਵਾ ਦਾ ਆਪਣਾ ਪਤਾ ਕਿ ਜੋ ਆਪਣਾ ਖਾਣਾ ਪੀਣਾ ਦਾ ਦੁੱਧ ਤੋਂ ਸਟਾਰਟ ਸੀ ਅੱਛਾ ਹਾਂ ਕੋਈ ਆਪਾਂ ਨੂੰ ਕੰਮ ਪੈਸੇ ਨਹੀਂ ਆਣ ਦਿੱਤੀ ਬਾਕੀ ਫਿਰ ਤੈਨੂੰ ਪਤਾ ਦੁੱਧ ਤੋਂ ਥੋੜਾ ਡੰਗਰ ਹਟ ਕੇ ਫੇਰ ਹੀ ਥੋੜਾ ਬਤਾ ਸਰੀਰ ਨਾ ਜਿਵੇਂ ਕਹਿੰਦੇ ਨੇ ਵੀ ਪਸ਼ੂ ਜਿਵੇਂ ਗੱਬਣ ਆਪਾਂ ਦੁੱਧੋਂ ਛੱਡਤਾ ਹਾਂ ਵੀ ਉਦੋਂ ਖੁਰਾਕ ਬੰਦ ਨਹੀਂ ਕਰਨੀ ਚਾਹੀਦੀ ਚੱਲੀ ਜਾਂਦੀ ਹਾਂ ਜੀ ਚੱਲੀ ਜਾਂਦੀ ਹਾਂ ਵਿੱਚ ਸਾਡੇ ਕਹਿੰਦੇ ਨੇ ਕੱਟਰੂ ਨੂੰ ਲੱਗੂ ਜਿਸ ਦਿਨ ਦੀ ਇਹ ਮਤਲਬ ਇਹਦੀ ਮਾਂ ਥੱਲੇ ਦੁੱਧ ਪੀਂਦੀ ਸੀ ਜਦੋਂ ਦੇ ਮਤਲਬ ਗੈਰਾ ਪੱਠੇ ਖਾਣ ਲੱਗੀ ਉਸ ਤੋਂ ਉਦੋਂ ਉਸ ਦਿਨ ਤੋਂ ਇਹਦੀ ਮਤਲਬ ਖੁਰਾਕ ਸਟਾਰਟ ਹੈ ਖੁਰਾਕ ਤਾਂ ਚੱਲੀਏ ਕਹਿ ਦਿੰਦੇ ਨੇ ਵੀ ਆਹ ਮਹੀਨੇ ਚ ਖੁਰਾਕ ਨੀ ਦੇਣੀ ਇਹਦਾ ਕੱਟਰੂ ਨੂੰ ਲੱਗ ਜੂ ਜੀ ਕੋਈ ਕੱਟਰੂ ਨੀ ਲੱਗ ਖੁਰਾਕ ਨੀ ਆਲੀ ਜਾਂਦੀ ਹਨਾ ਖੁਰਾਕ ਤਾਂ ਚਾਹੇ 60 ਸਾਲ ਦੇ ਬੁੜੇ ਨੂੰ ਖਵਾ ਦੋ ਉਹ ਵੀ ਦੱਸੂਗੀ ਵੀ ਇਹਦਾ ਖਾਦਾ ਹੋਇਆ ਕੁਛ ਕਿ ਖੁਰਾਕ ਤਾਂ ਉਹੀ ਗੱਲ ਹੈ ਜੇ ਆਪਾਂ ਨੂੰ ਇਹਨੂੰ ਖੁਰਾਕ ਦਿੱਤੀ ਹੈ ਆਪਾਂ ਨੂੰ ਇਹਦੀ ਸੇਵਾ ਵਾੜੀ ਕਰੀ ਆਪਾਂ ਕਹਿਣ ਲੱਗ ਰਿਹਾ ਵੀ ਕੋਈ ਬੰਦਾ ਇਹਨੂੰ ਲੈਣ ਵਾਸਤੇ ਮਤਲਬ ਚਾਹਵਾਨ ਹੈ ਤਾਂ ਗਿਆਬਣ ਦੀ ਵੇਸ਼ਕ ਤੋਂ ਆਪਣੇ ਨਾਲ ਪੱਕੇ ਠੱਕ ਕਰ ਲਏ ਸੂਏ ਤੋਂ ਬਾਅਦ ਆਪਣਾ ਦੁੱਧ ਤੋੜ ਕੇ ਲੈ ਜੀ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਨੂੰ ਇਹ ਥੋੜੇ ਆਪਾਂ ਨੂੰ ਗਿਆਬਣੀ ਦੇਣੀ ਹੈ ਸੂਣ ਤੋਂ ਬਾਅਦ ਦੁੱਧ ਤੋੜ ਕੇ ਨਾ ਵਿੱਚ ਕਈ ਸੱਜਣਾਂ ਨੇ ਵਹਿਮ ਹੋਊਗਾ ਵੀ ਆਪਾਂ ਯਾਰ ਸੂਈ ਹੋਈ ਹੁੰਦੀ ਤਾਂ ਲੈ ਲੈਂਦੇ ਆ ਇਹਦੀ ਚੁਆਈ ਇੰਨੀ ਪੋਲੀ ਹੈ ਜੇ ਹੁਣ ਬਹਿ ਗਈ ਨੀ ਇਹਦਾ ਥੋੜਾ ਥੋੜਾ ਟੁੱਪ ਕੇ ਮਤਲਬ ਡਿੱਗਣ ਲੱਗਦਾ ਇੰਨੀ ਪੋਲੀ ਚੁਆਈ ਹੈ ਜਿਹਨੂੰ ਫੱਟਿਆ ਨੀ ਬਿਲਕੁਲ ਅੱਛਾ ਹਾਂ 3.5-4 ਕਿਲੋ ਦੀ ਗਾੜੀ ਹੈ ਵੀਰ ਜੀ ਗਾੜੀ ਆ ਪਹਿਲਣ ਦੀ ਜੀ ਹੁਣ ਤਾਂ ਦੂਜੇ ਸੂਏ ਦਾ 4 ਤੋਂ ਪਾਰ ਪਾਊਗੀ ਇਹਦੀ ਗਾੜੀ ਜੇ 4 ਤੋਂ ਪਾਰ ਪਾਊਗੀ ਤਾਂ ਹੀ ਦੇਊ ਫਿਰ 23-24 ਗਾੜੀ ਵੀ ਕਹਿੰਦਾ 4 ਕਿਲੋ ਦੁੱਧ ਕੱਢੂਗੀ ਇਹਦੀ ਫਿਰ ਉਹੀ ਗੱਲ ਆ ਸੱਜਣੋ ਦੇਖੋ ਤੁਸੀਂ ਅਕਸਰ ਡਿਮਾਂਡ ਵੀ ਕਰਦੇ ਹੋ ਵੀ ਆਪਾਂ ਨੇ ਪਸ਼ੂ 20+ ਲੈਣਾ ਜਾਂ 20 ਵਾਲਾ ਲੈਣਾ ਤਾਂ ਹੁਣ ਆਪਾਂ ਤੁਹਾਨੂੰ ਪਿੰਡ ਬੋਪਰ ਉਹ ਇੱਕ ਤਰ੍ਹਾਂ ਦਾ ਨਗੀਨਾ ਕਹਿੰਦਾ ਤੁਹਾਨੂੰ ਅੱਜ ਦਰਸ਼ਨ ਕਰਵਾਏ ਨੇ ਤੇ ਘਾਟ ਮੈਨੂੰ ਤਾਂ ਨੀ ਬਾਈ ਕਿਸੇ ਪੱਖੋਂ ਲੱਗਦੀ ਥਣ ਪੱਖੋਂ ਲੇਵੇ ਪੱਖੋਂ ਕੱਦ ਪੱਖੋਂ ਸਿੰਘ ਪੱਖੋਂ ਤੇ ਬਾਕੀ ਜੇ ਕੋਈ ਤੁਹਾਨੂੰ ਘਾਟ ਲੱਗਦੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਆਸਲ ਲੱਗਦੀ ਆ ਤਾਂ ਕਮੈਂਟਾਂ 'ਚ ਇਹਦੀ ਤਾਰੀਫ ਵੀ ਜ਼ਰੂਰ ਕਰ ਦਿਓ ਕਿਉਂਕਿ ਇਹਦੀ ਤਾਰੀਫ ਬਣਦੀ ਆ ਸੱਜਣੋ ਤੇ ਬਾਕੀ ਫਿਰ ਬਾਈ ਆਪਾਂ ਇਹਦਾ ਰੇਟ ਕਰ ਲਈਏ ਕਿੰਨੇ ਦੀ ਛੱਡ ਦਾਂਗੇ ਰੇਟ ਵੀਰ ਜੀ ਰੇਟ ਕਰਨਾ ਨੀ ਸੀਗਾ ਮਾਂ ਯਾਰ ਫਿਰ ਸਾਨੂੰ ਸਵਾਦ ਜਾ ਨੀ ਪਤਾ ਕੀ ਗੱਲ ਹੈ ਵੀਰ ਜੀ ਰੇਟ ਤਾਂ ਦੇਖੋ ਜੀ ਹੁਣ ਦਾ ਰੇਟ ਤਾਂ ਅਸੀਂ ਕਰਾਂਗੇ ਜੇ ਬਾਕੀ ਸੁਣ ਤੋਂ ਬਾਅਦ ਕੋਈ ਬੰਦਾ ਚਾਹਵਾਨ ਉਹ ਬਾਅਦ ਦਾ ਰੇਟ ਹੋਊਗਾ ਹਾਂ ਉਹ ਬਾਅਦ ਦਾ ਹੋਊਗਾ
ਜੇ ਦੁੱਧ ਤਲਾ ਕੇ ਦੇਣ ਦੀ ਆ ਗਈ ਜੇ 23-24 ਕਿਲੋ ਹੋ ਗਿਆ ਫਿਰ ਤਾਂ ਮੈਂ ਤੈਨੂੰ ਆਪੇ 50-60 ਹਜ਼ਾਰ ਵੱਧ ਕਰਾ ਦੂੰ ਕਿਉਂਕਿ 23-24 ਕਿਲੋ ਵਾਲੀ ਜੇ ਮੈਂ ਕਹਾਂ ਅੱਜ ਤੱਕ ਆਪਾਂ ਨੇ 20 ਕਿਲੋ ਤੱਕ ਤਾਂ ਮੈਂ ਵੇਚੀ ਆਪਣੇ ਚੈਨਲ ਤੇ ਪਰ ਅਸੀਂ ਤਾਂ ਪਤਾ ਹੀ ਰਹੀ ਜੀ ਅਸੀਂ ਤਾਂ ਵੀਡੀਓ ਪਹਿਲਾਂ ਅਸੀਂ ਕਰਾਉਂਦੇ ਨਹੀਂ ਸੀ ਪਰ ਕੀ ਲੋੜ ਮੱਝਾਂ ਦੀ ਬਸ ਰਹਿਣ ਦੀ ਹੈ ਸਾਨੂੰ ਇਹਦਾ ਪਤਾ ਨਹੀਂ ਸੀ ਕਿਉਂ ਘਰ ਦੇ ਕੰਮਾਂ ਤੋਂ ਨਹੀਂ ਵਿਹਲ ਮਿਲਦੀ ਤੇ ਵੀਡੀਓ ਹੁਣ ਪਤਾ ਲੱਗਿਆ ਸੀ 23-24 ਵਾਲੀ 3-4 ਮੱਝਾਂ ਵੇਚੀਆਂ ਨੇ ਐਤ ਕੀ ਵੇਚਿਆ 6-7 ਦਿਨ ਦੀ ਸੂਈ ਮੱਝ ਥੱਲੇ 18 ਕਿਲੋ ਦੁੱਧ ਤਲਾ ਕੇ ਦਿੱਤੀ ਹੈ ਕਿਲੋ ਅੱਛਾ ਹਾਂ 7 ਦਿਨ ਦੀ ਸੂਈ ਸਾਨੂੰ ਦਿਖਾਉਂਦਾ ਉਹ ਬੰਦੇ ਦੇ ਜਾ ਕੇ ਡੈਰੀ 'ਚ ਬੰਦੇ ਤੇ ਮੱਝ ਬੰਨਦੀ ਆ 26 ਕਿਲੋ ਦੁੱਧ ਦਿੰਦਾ ਉਹ ਮਤਲਬ 26 ਕਿਲੋ ਦੁੱਧ ਦਿੰਦੀ ਆ 26 ਕਿਲੋ ਕਰੇ ਆ ਕੇ ਵਧਾਈ ਦੇ ਕੇ ਗਿਆ ਦੀਵਾਲੀਆਂ ਦਾ ਮਤਲਬ ਮਠਾਈ ਦਾ ਡੱਬਾ ਦੇ ਕੇ ਗਿਆ ਹਾਂ ਨਾ ਇੰਨਾ ਲਵੇ ਨਾ ਸੱਜਣੋ ਕਿਉਂਕਿ ਇਹ ਮੈਨੂੰ ਲੱਗਦਾ ਵੀ ਚੀਜ਼ ਖਰੀਦਦੇ ਨੇ ਚੀਜ਼ ਵੇਚਦੇ ਨੇ ਬਾਕੀ ਇਹਨਾਂ ਦਾ ਚੱਲੀ ਜਾਂਦਾ ਕੰਮ ਕਾਰ ਬਾਕੀ ਜਿਹੜੇ ਸੱਜਣ ਕਰਕੇ ਅੱਜ ਆਪਣਾ ਬਾਈਆਂ ਨਾਲ ਮੇਲ ਹੋਇਆ ਇਹ ਮੁੱਲ ਦੱਸਦੇ ਆਪਣਾ ਮੁੱਲ ਅੱਜ ਦਾ ਮੁੱਲ ਵੀਰੇ ਦਾ 4 ਲੱਖ ਰੁਪਏ ਅੱਛਾ ਹਾਂ ਕਿੰਨੇ ਦੀ ਹੋ ਜੂਗੀ ਚਲੋ ਤਾਂ ਥੋੜਾ ਬਹੁਤਾ ਮਾਨ ਤਾਨ ਹੋ ਜੂਗਾ ਕਿੰਨਾ ਕਿ ਥੋੜਾ ਬਹੁਤਾ 50,000 ਦਾ 60 ਦਾ ਲੱਖ ਇੰਨਾ ਨਹੀਂ ਥੋੜਾ ਹੋਊਗਾ ਮਾਨ ਤਾਨ ਬਾਕੀ ਲੈਣ ਦੇਣ ਦੀ ਗੱਲ ਦੱਸੀ ਹੈ ਅੱਛਾ ਲਵੇ ਇਹਨੂੰ ਬਰੀਡਰ ਚੌਪ ਦਾ ਹਨਾ ਹਾਂ ਹਾਂ ਆਇਆ ਜੇ ਕੋ ਆਇਆ ਜਿਹੜੇ ਸੱਜਣ ਕਰਕੇ ਨਾ ਅੱਜ ਆਪਣੀ ਬਾਈ ਨਾਲ ਮੁਲਾਕਾਤ ਹੋਈ ਅਸੀਂ ਜਾਨਵਰ ਦਿਖਾਇਆ ਦੇਖੋ ਆਹਾ ਬਾਈ ਦਾ ਜੱਗੂ ਪਟਾਲ ਵਾਲੇ ਦਾ ਇਹੀ ਬਾਈ ਨੂੰ ਇਹ ਬਾਈ ਲਵੇ ਪਸ਼ੂ ਪਸ਼ੂ ਲੈਣ ਵੀ ਆਉਂਦਾ ਜਾਂਦਾ ਸਰਕਲ ਆਈ ਜਾਂਦੇ ਨੇ ਹਾਂ ਸਰਕਲ ਹੈਗੇ ਆਪਣੇ ਤਾਂ ਕਰਕੇ ਬਾਈ ਕਹਿੰਦਾ ਆਪਾਂ ਬਾਈ ਕੋਲੇ ਚੱਲ ਕੇ ਆਉਣਾ ਤੇ ਕਹਿੰਦਾ ਜਾਨਵਰ ਬਾਈ ਲਵੇ ਹਸਲਾ ਮੈਂ ਕੋਈ ਗੱਲ ਨਹੀਂ ਟਾਈਮ ਚੋ ਟਾਈਮ ਕੱਢ ਕੇ ਜ਼ਰੂਰ ਚੱਲਾਂਗੇ ਇਹ ਨਹੀਂ ਦਿਖਾਵਾਂਗੇ ਬਾਈ ਝੋਟੀ ਹੋਰ ਦਿਖਾਵਾਂਗੇ ਕੀ ਕਿਉਂਕਿ ਆਪਣਾ ਹੱਕ ਬਣਦਾ ਵੀ ਆਪਾਂ ਤੁਹਾਨੂੰ ਚੰਗੀ ਚੀਜ਼ ਦਿਖਾਈਏ ਤੇ ਚੰਗੀ ਚੀਜ਼ ਨੂੰ ਪ੍ਰਮੋਟ ਕਰੀਏ ਤੇ ਤੁਹਾਡੇ 'ਚ ਸ਼ੌਂਕ ਪੈਦਾ ਕਰੀਏ ਚੰਗੀਆਂ ਚੀਜ਼ਾਂ ਪਾਲਣ ਦਾ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ 4 ਲੱਖ ਲਾ ਕੇ ਇਹ ਝੋਟੀਆਂ ਖਰੀਦੋ ਤੁਸੀਂ ਛੋਟੀਆਂ ਕੱਟੀਆਂ ਤੋਂ ਸ਼ੁਰੂ ਕਰ ਦੋ ਹਾਂ ਇਹ ਤਾਂ ਹੈਗੇ ਹਾਂ ਇਹ ਕੱਟੀ ਸੀ ਉਸ ਟਾਈਮ ਤੋਂ ਆਪਾਂ ਖੁਰਾਕ ਪਾਣ ਲੱਗੇ ਤੋਂ ਅੱਜ ਮਤਲਬ ਇਸ ਤਰ੍ਹਾਂ ਦੀ ਝੋਟੀ ਤਿਆਰ ਹੋਈ ਆਪਣੇ ਕੋਲ ਹਾਂ ਮੰਦੇ ਹੁਣੇ ਗੱਲ ਖੁਰਾਕ ਨਾਲ ਹੀ ਹੈ ਹਾਂ ਜੇ ਤੁਹਾਡੇ ਲਵੇ ਦੇਸੀ ਘਿਓ ਨਹੀਂ ਹੈਗਾ ਕੋਈ ਚੱਕਰ ਨਹੀਂ 200 ਰੁਪਏ ਤੋਂ ਚਲਾ ਲਓ ਕੰਮ ਹਾਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਕਿਲੋ ਦੋ ਚਾਰ ਕਿਲੋ ਘਿਓ ਜ਼ਰੂਰ ਦਿਓ ਹਨਾ ਜ਼ਰੂਰ ਹੀ ਹੈ ਜੀ ਪਤਾ ਕੀ ਹੈ ਥਣ 'ਚ ਕੋਈ ਬਲੋਟੀ 'ਚ ਕੋਈ ਡਿਫੈਕਟ ਨਹੀਂ ਮਤਲਬ ਮੱਝ ਤੇ ਸੂਣ 'ਚ ਬਿਲਕੁਲ ਇੱਕ ਨੰਬਰ ਦਾ ਕੰਮ ਕਰਦਾ ਹੈ ਘਿਓ ਜ਼ਰੂਰੀ ਆ ਤਾਂ ਇਹ ਤਾਂ ਬਈ ਦੇਸੀ ਪਾਤਾ ਹੁਣ ਦੇਸੀ ਵਾਲਾ ਕੰਮ ਔਖਾ ਚਲੋ ਆਪਣੇ ਘਰ ਦੇ ਮੱਝਾਂ ਵੀ ਆਪਣੇ ਕੋਲ ਕਈਆਂ ਨੇ ਇਸ ਕਰਕੇ ਦੁੱਧ ਦਾਦਾ ਲਈ ਕਈ ਮੱਝਾਂ ਇਸ ਕਰਕੇ ਪਾਈ ਜਾਂਦਾ ਬਾਕੀ ਇਹ ਸੱਜਣ ਡੈਰੀ ਡੂਰੀ ਪਾਉਣ ਦਾ ਘੱਟ ਰਿਵਾਜ ਹੈ ਅਸੀਂ ਦੁੱਧ ਨਹੀਂ ਪਾ ਕੇ ਆਉਂਦੇ ਡੈਰੀ ਡੂਰੀ ਘਰੇ ਕੁਛ ਖਾ ਪੀ ਲੈਂਦੇ ਆ ਕੁਛ ਮੱਝਾਂ ਮੁੱਝਾਂ ਨੂੰ ਇਸ ਤਰ੍ਹਾਂ ਹੀ ਕੋਈ ਗੀਹ ਗਾਹ ਕਰ ਲੈਂਦੇ ਆ ਘਰੇ ਅਸੀਂ ਦੁੱਧ ਨਹੀਂ ਵੇਚਦੇ ਆਉਂਦੇ ਸਭ ਨਹੀਂ ਵੇਚਦੇ ਆਉਂਦੇ ਮੱਝ ਵੇਚ ਦੇਣਗੇ ਦੁੱਧ ਬਹੁਤ ਘੱਟ ਵੇਚਦੇ ਨੇ ਇਹ ਚੱਕਰ ਹੈਗਾ ਸਾਰਾ ਮੇਰਾ ਪਤਾ ਹੀ ਗਿਆ ਵੀਰ ਜੀ ਵੀਡੀਓ ਵੀ ਇਸ ਕਰਕੇ ਵੀ ਕਰਾਈਏ ਜ਼ਿਆਦਾ ਜਿਸ ਤਰ੍ਹਾਂ ਮੇਰੇ ਮਤਲਬ ਮੇਰੀ ਉਮਰ ਦੇ ਲੜਕੇ ਆ ਮਤਲਬ ਤੂਰੀ ਫਿਰੀ ਜਾਂਦੇ ਨੇ ਇੱਧਰ ਉੱਧਰ ਵੀ ਆਪਣਾ ਘਰ ਬਹਿ ਕੇ ਆਪਣਾ ਵੱਡੀਆ ਪਸ਼ੂਧਨ ਪਾਲੋ ਵੱਡੀਆ ਆਪਣਾ ਘਰ ਬਹਿ ਕੇ ਕੰਮ ਧੰਦਾ ਕਰੋ ਨਸ਼ੇ ਪੱਤਿਆਂ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਦੇ ਕੰਮ ਆਪਾਂ ਨੂੰ ਜ਼ਰੂਰੀ ਹੈ ਕਰਨੇ ਆਪਾਂ ਨੇ ਇਹ ਥੋੜ੍ਹੇ ਆਪਾਂ ਨੂੰ ਝੋਟੀ ਸੇਲ ਕਰਨੀ ਹੈ ਨਾ ਤੁਹਾਡਾ ਪਤਾ ਕੀ ਤੁਹਾਡਾ ਵੀ ਨਾਂ ਸੁਣਿਆ ਚੈਨਲ ਦਾ ਵਧੀਆ ਚੈਨਲ ਚੱਲ ਰਿਹਾ ਕਿਉਂਕਿ ਇਸ ਕਰਕੇ ਮੈਂ ਝੋਟੀ ਦਿਖਾਉਣੀ ਜ਼ਰੂਰੀ ਹੈ ਚੈਨਲ ਆਪਾਂ ਨੇ ਵੇਚਣ ਵਾਲੀ ਕੋਈ ਬਾਤ ਨਹੀਂ ਵਧੀਆ ਰੁਪਏ ਲੱਗਦਾ ਠੀਕ ਹੈ ਬਈ ਪਹਿਲਾਂ ਤਾਂ ਫਿਰ ਉਹੀ ਗੱਲ ਤੇਰਾ ਧੰਨਵਾਦ ਤੈ ਸਾਨੂੰ ਇੰਨੇ ਕਾਬਲ ਸਮਝਿਆ ਦੇਖ ਲਾ ਉਹਦਾ ਪਸ਼ੂ ਤਾਂ ਕਿਉਂ ਚੈਨਲ ਤਾਂ ਇਹਦੇ ਹਰਿਆਣੇ 'ਚ ਵੀ ਬਹੁਤ ਨੇ ਹਾਂ ਹੈਗੇ ਨੇ ਹਾਂ ਪਰ ਬਾਈ ਕਹਿੰਦਾ ਤੈਨੂੰ ਸੁਣਦਿਆਂ ਤਾਂ ਸਾਨੂੰ ਐ ਹੋਇਆ ਵੀ ਉਹ ਬਾਈ ਤੋਂ ਕਰਵਾਉਣੀ ਹੈ ਵੀਡੀਓ ਜ਼ਰੂਰ ਕਰਵਾਉਣੀ ਹਾਂ ਲੈ ਤੇਰਾ ਨੰਬਰ ਬੋਲ ਦੇ ਬਾਈ ਮੇਰਾ ਨੰਬਰ 88-727-78-551 ਦੁਬਾਰਾ ਫੇਰ ਬੋਲ ਦੇ 88-727-78-551 ਹਾਂ ਇੱਧਰ ਮਾਰ ਦੇ ਕੇਰਾ ਕੈਮਰਾ ਸੰਗਤ ਤੇ ਦੇਖ ਆਹਾ ਬੰਦੇ ਦੇਖੋ ਆਪਣੀ ਵੀਡੀਓ ਅੱਜ ਦੇਖਣ ਲਈ ਆਏ ਤੇ ਇਹ ਪਰਿਵਾਰ ਆ ਇਹਨਾਂ ਦਾ ਤੇ ਇਹ ਮੇਰੇ ਦਾਦਾ ਜੀ ਹੈ ਇਹਨੂੰ ਅਸੀਂ ਵਪਾਰ ਕਰਦੇ ਨੇ 40-45 ਸਾਲ ਪਹਿਲਾਂ ਇਹਨੂੰ ਕੀਤਾ ਤੇ ਫਿਰ ਇੱਧਰ ਬੈਠਿਆ ਮੇਰਾ ਡੈਡੀ ਜੀ ਹੈ ਪਹਿਲੇ ਨੰਬਰ ਤੇ ਫਿਰ ਇਹਨੇ ਕੀਤਾ ਫਿਰ ਹੁਣ ਅਸੀਂ ਮਤਲਬ ਜ਼ਿਆਦਾ ਨਹੀਂ ਮਹੀਨੇ ਦੀ 4-5 ਮੱਝਾਂ ਵੇਚਦੇ ਹਾਂ ਨਹੀਂ ਆਪਣਾ ਘਰ ਦੇ ਪਸ਼ੂ ਪਾਲ ਵੇਚਦੇ ਚੀਜ਼ਾਂ ਉਹ ਵੀ ਹਰਿਆਣੇ ਚ ਲਿਆ ਕੇ ਹਰਿਆਣੇ ਚ ਨਹੀਂ ਆਪਣਾ ਘਰ ਦੇ ਪਸ਼ੂ ਪਾਲ ਕੇ ਫਿਰ ਆਪਣਾ ਵੇਚ ਦਿੰਦੇ ਜੀ ਕੋਈ ਉਹ ਵੀ ਦੂਜੇ ਤੀਜੇ ਸਾਫ ਸੁਥਰਾ ਸਾਫ ਸੁਥਰਾ ਜੀ ਸਾਫ ਸੁਥਰਾ ਕੰਮ ਆਪਾਂ ਨੂੰ ਵਪਾਰ ਲੈਣ ਵਾਲਾ ਕੋਈ ਚੱਕਰ ਨਹੀਂ ਉਹ ਨਹੀਂ ਹੈਗਾ ਸ਼ੌਂਕ ਜਾਂ ਇੱਕ ਸ਼ੌਂਕ ਜਾਂ 20,000 ਮਹੀਨੇ ਦਾ ਬਣ ਗਿਆ ਉਹੀ ਹੈ ਉਸ ਚ ਸੰਤੁਸ਼ਟੀ ਹੈ ਹਨਾ ਹਾਂ ਜ਼ਿਆਦਾ ਉਹੀ ਗੱਲ ਹੈ ਕੰਮ ਉਹਨਾਂ ਕਰੋ ਇਹੀ ਬਾਈ ਦਾ ਮੈਸੇਜ ਨੌਜਵਾਨਾਂ ਨੂੰ ਹੈ ਕਹਿੰਦਾ ਆਪਦੇ ਕੰਮ ਨਾਲ ਜੁੜੋ ਕੰਮ ਬਾਹਲੀ ਵਧੀਆ ਚੀਜ਼ ਹੈ ਕਿਉਂਕਿ ਉਹਦੇ ਨਾਲ ਬੰਦਾ ਰੁਟੀਨ 'ਚ ਜੁੜਿਆ ਹੋਇਆ ਤਾਂ ਮਨ ਨਹੀਂ ਉਰਾਂ ਭਰਾ ਜਾਂਦਾ ਬਾਕੀ ਤੁਹਾਡੇ ਜਦੋਂ ਆਂਢ ਗੁਆਂਢ ਤੁਹਾਡਾ ਗੱਲਾਂ ਕਰੇ ਫਿਰ ਇਹ ਦੁਨੀਆ ਤੇ ਆਏ ਦਾ ਫਾਇਦਾ ਬਾਈ ਫਿਰ ਪਤਾ ਲੱਗੇ ਜਿਵੇਂ ਹੁਣ ਦੇਖੋ ਸ਼ਹਿਰੇ ਉਹਨਾਂ ਨੂੰ ਦੁਨੀਆ ਜਾਣਦੀ ਹੈ ਦੇਖੋ ਉਹਨਾਂ ਦਾ ਕਹਿੰਦਾ ਵੀ ਹਾਂ ਹੈਗਾ ਕੋਈ ਬੋਪਰ ਦਾ ਤਾਂ ਬੋਪਰ ਪਿੰਡ ਅੱਗੇ ਆਇਆ ਉਹਨਾਂ ਕਰਕੇ ਆਇਆ ਹੈ ਨਾ ਬਾਈ ਬਹੁਤ ਅੱਗੇ ਅੱਜ ਬਹੁਤ ਨਾਂ ਚਮਕਾ ਜੀ ਸ਼ਹਿਰੇ ਨੇ ਪ੍ਰਵੀਨ ਨੇ
पशु सब नू पता लगे एक दूजे नू यही हुंदा वे जणो ओदे कोल वड्डिया पशु आपां वी इस तरह दा पशुधन तैयार करिए एक दूजे ते क्वालिटी हुंदी है क्वालिटी मतलब एक दूजे ते ऐ भी हुंदा वे आपां एक दूजे मतलब पशुधन वड्डिया ते वड्डिया तैयार करा ओनू इस तरह दा करा असीं उस तों वड्डिया करिए बाकी मेला भी लग रहा अपने दो तीन तरीक का दो तीन चार तरीक का तनौले उस मेले नू भी जेड़े सज्जन देखो देखण जरूर पहुंचे क्योंकि उत्थों भी बहुत कुछ सीखण नू मिलदा है। ठीक है जी अज आपां तुहानू ऐं कह लो भी हरियाणे लैके आए हां ते चंगी टॉप क्वालिटी की झोटी दिखाई है ते अपने चैनल नू कर लिओ सबसक्राइब ते लाइक शेयर जरूर कर दिओ। धन्यवाद जी।